ਇਹ ਮਾਨਸੂਨ ਇਸ ਪਰਿਵਾਰ ਲਈ ਕਹਿਰ ਬਣ ਕੇ ਵਰਿਆ ਕਿਉਂਕਿ ਬੀਤੀ ਰਾਤ ਹੋਈ ਤੇਜ਼ ਬਰਸਾਤ ਦੇ ਕਾਰਨ ਇਹਨਾਂ ਦੇ ਘਰ ਦੀ ਛੱਤ ਡਿੱਗ ਗਈ ਅਤੇ ਛੱਤ ਦੇ ਥੱਲੇ ਇਹਨਾਂ ਦੇ ਘਰ ਦਾ ਸਾਰਾ ਸਮਾਨ ਦੱਬ ਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਇਹ ਪਰਿਵਾਰ ਬੇਘਰ ਜ਼ਰੂਰ ਹੋ ਗਿਆ ਤੇ ਹੁਣ ਇਸ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਹ ਘਟਨਾ ਅੰਮ੍ਰਿਤਸਰ ਦੇ ਇਲਾਕੇ ਡੈਮਗੰਜ ਤੋਂ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਬਰਸਾਤ ਦੇ ਕਾਰਨ ਘਰ ਦੀ ਛੱਤ ਡਿੱਗ ਗਈ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਦੇਰ ਰਾਤ ਭਾਰੀ ਬਰਸਾਤ ਹੋਈ ਤੇ ਸਵੇਰੇ 5 ਵਜੇ ਦੇ ਕਰੀਬ ਉਹਨਾਂ ਦੇ ਘਰ ਦੀ ਛੱਤ ਡਿੱਗ ਗਈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਫਿਲਹਾਲ ਹੁਣ ਇਸ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਤਾਂ ਸਾਡਾ ਸਮਾਨ ਸਾਡਾ ਅੰਦਰ ਹੀ ਪਿਆ ਹੈ ਜੀ ਸਾਰਾ, ਹੁਣ ਅੰਦਰ ਜਦੋਂ ਮਲਬਾ ਚੁੱਕਿਆ ਹੋਏਗਾ ਫੇਰ ਹੀ ਪਤਾ ਲੱਗੇਗਾ। ਕੀ ਚਾਹੁੰਦੇ ਹੋ ਆਪਣਾ? ਸਾਡੀ ਕੋਈ ਮਦਦ ਕੀਤੀ ਜਾਵੇ ਸਰਕਾਰ ਵੱਲੋਂ, ਕੋਈ ਛੱਤ ਪਾਉਣ ਦੀ ਸਾਨੂੰ ਥੋੜੀ ਬਹੁਤੀ ਮਦਦ। ਬਾਲਿਆ ਛੱਤ ਜੀ? ਡਿੱਗਣ ਦੀ ਛੱਤ ਲੈਂਟਰ ਹੈਗਾ ਸੀ ਕੰਦੇ ਆ, ਕੋਈ ਚੀਜ਼ ਦੀ ਉਹ ਵੀ ਨੀ ਹੈਗੀ, ਤਰੇੜਾ ਤਰੂੜਾ ਕੁਛ ਨੀ ਹੈਗੀਆ, ਉਹ ਮੀਂਹ ਕਾਰਨ ਸਾਰੀ ਛੱਤ ਡਿੱਗ ਪਈ ਆ, ਇਹਦੇ ਨਾਲ ਨੁਕਸਾਨ ਹੋਇਆ ਸਾਰਾ ਅੰਦਰ ਅਲਮਾਰੀ ਦਾ ਬਿਸਤਰੇ ਦਾ ਸਾਰਾ ਹੀ। ਇਹ ਮਾਨਸੂਨ ਇਸ ਪਰਿਵਾਰ ਲਈ ਕਹਿਰ ਬਣ ਕੇ ਵਰਿਆ ਕਿਉਂਕਿ ਬੀਤੀ ਰਾਤ ਹੋਈ ਤੇਜ਼ ਬਰਸਾਤ ਦੇ ਕਾਰਨ ਇਹਨਾਂ ਦੇ ਘਰ ਦੀ ਛੱਤ ਡਿੱਗ ਗਈ ਅਤੇ ਛੱਤ ਦੇ ਥੱਲੇ ਇਹਨਾਂ ਦੇ ਘਰ ਦਾ ਸਾਰਾ ਸਮਾਨ ਦੱਬ ਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਇਹ ਪਰਿਵਾਰ ਬੇਘਰ ਜ਼ਰੂਰ ਹੋ ਗਿਆ ਤੇ ਹੁਣ ਇਸ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਹ ਘਟਨਾ ਅੰਮ੍ਰਿਤਸਰ ਦੇ ਇਲਾਕੇ ਡੈਮਗੰਜ ਤੋਂ ਸਾਹਮਣੇ ਆਈ ਹੈ ਜਿੱਥੇ ਦੇਰ ਰਾਤ ਬਰਸਾਤ ਦੇ ਕਾਰਨ ਘਰ ਦੀ ਛੱਤ ਡਿੱਗ ਗਈ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਦੇਰ ਰਾਤ ਭਾਰੀ ਬਰਸਾਤ ਹੋਈ ਤੇ ਸਵੇਰੇ 5 ਵਜੇ ਦੇ ਕਰੀਬ ਉਹਨਾਂ ਦੇ ਘਰ ਦੀ ਛੱਤ ਡਿੱਗ ਗਈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਫਿਲਹਾਲ ਹੁਣ ਇਸ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸਵੇਰੇ 5 ਵਜੇ ਡਿੱਗੀ ਹੈ, ਮੀਂਹ ਆਇਆ ਤੇ ਸਾਨੂੰ ਪਤਾ ਲੱਗਾ ਸੀ ਸਾਹਮਣੇ ਸੁੱਤੇ ਸੀ ਤੇ ਇੱਧਰ ਉਹ ਛੱਤ ਡਿੱਗ ਰਹੀ ਆਪਣੇ ਆਪ ਤੇ ਸਾਨੂੰ ਕੁਛ ਨੀ ਪਤਾ ਤੇ ਆਪਣੇ ਆਪ ਦੇ ਪਿਆ ਆਵਾਜ਼ ਆਈ ਤੇ ਬੜਾ ਬੜਾ ਆਵਾਜ਼ ਆਈ ਡਿੱਗ ਪਈ ਹੈ ਤੇ ਉੱਠ ਕੇ ਅਸੀਂ ਆ ਸਾਰੇ ਸਗੋ ਗਲੀ ਵਾਲੇ ਨੇ ਠਾਇਆ ਆਇਆ ਸਾਨੂੰ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਤਾਂ ਸਾਡਾ ਸਮਾਨ ਸਾਰਾ ਅੰਦਰ ਹੀ ਪਿਆ ਹੈ ਜੀ ਸਾਰਾ, ਹੁਣ ਅੰਦਰ ਜਦੋਂ ਮਲਬਾ ਚੁੱਕਿਆ ਹੋਏਗਾ ਫੇਰ ਹੀ ਪਤਾ ਲੱਗੇਗਾ। ਕੀ ਚਾਹੁੰਦੇ ਹੋ ਆਪਣਾ? ਸਾਡੀ ਕੋਈ ਮਦਦ ਕੀਤੀ ਜਾਵੇ ਸਰਕਾਰ ਵੱਲੋਂ, ਕੋਈ ਛੱਤ ਪਾਉਣ ਦੀ ਸਾਨੂੰ ਥੋੜੀ ਬਹੁਤੀ ਮਦਦ। ਬਾਲਿਆ ਛੱਤ ਜੀ? ਸਵੇਰੇ 5 ਵਜੇ ਆਵਾਜ਼ ਆਈ ਆ ਵੀ ਡਿੱਗਣ ਦੀ ਛੱਤ ਲੈਂਟਰ ਹੈਗਾ ਸੀ ਕੰਦੇ ਆ, ਕੋਈ ਚੀਜ਼ ਦੀ ਉਹ ਵੀ ਨੀ ਹੈਗੀ, ਤਰੇੜਾ ਤਰੂੜਾ ਕੁਛ ਨੀ ਹੈਗੀਆਂ, ਉਹ ਮੀਂਹ ਕਾਰਨ ਸਾਰੀ ਛੱਤ ਡਿੱਗ ਪਈ, ਇਹਦੇ ਨਾਲ ਨੁਕਸਾਨ ਹੋਇਆ ਸਾਰਾ ਅੰਦਰ ਅਲਮਾਰੀ ਦਾ ਬਿਸਤਰੇ ਦਾ ਸਾਰਾ ਹੀ। ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜਾਨੀ ਨੁਕਸਾਨ ਦਾ ਕੀ ਅਪੀਲ ਕਰਦੇ ਸਰਕਾਰ ਨੂੰ?
ਸਰਕਾਰ ਨੂੰ ਅਪੀਲ ਇਹੀ ਕਰਦੇ ਕਿ ਸਾਡੀ ਕੋਈ ਮਦਦ ਕੀਤੀ ਜਾਵੇ।